ਜੋ ਇਸ ਸਮੇਂ ਦਾ ਸਮੇਂ ਚੱਲ ਰਿਹਾ ਹੈ ਉਹ ਹੈ ਸੋਸ਼ਲ ਮੀਡੀਆ ਦਾ ਸਮਾਂ ਅਤੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਦੇਖ ਕੇ ਲੋਕਾਂ ਦੇ ਹਿਰਦਰੇ ਬਲੁੰਗਰੇ ਜਾਂਦੇ ਨੇ ਅਤੇ ਕਈ ਲੋਕ ਆਪਣੀ ਮਦਦ ਲਈ ਵੀ ਵੀਡੀਓਜ਼ ਪਾਉਂਦੇ ਨੇ ਹਾਲਾਂਕਿ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਇੱਕ ਬੱਚੇ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਸ ਨੂੰ ਪਾਪੜ ਵੇਚਣੇ ਅਤੇ ਗੋਲਗੱਪੇ ਜਿਹੜੇ ਵੇਚਣ ਵਾਸਤੇ ਜਿਹੜਾ ਸੀਗਾ ਉਹ ਵੇਚਦਾ ਸੀਗਾ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਹਨੂੰ ਪੈਸੇ ਦੇਣ ਦੀ ਗੱਲ ਕੀਤੀ ਗਈ ਤੇ ਉਸ ਬੱਚੇ ਵੱਲੋਂ ਉਸ ਪੈਸਿਆਂ ਨੂੰ ਠੁਕਰਾ ਦਿੱਤਾ ਗਿਆ। ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਉਹੀ ਬੱਚਾ ਹੈ ਜੋ ਕਿ ਆਪਣੇ ਸਾਈਕਲ ਦੇ ਉੱਤੇ ਸਮਾਨ ਰੱਖ ਕੇ ਆਪਣੀ ਕਿਰਤ ਕਰਦਾ ਸੀਗਾ ਔਰ ਕਿਰਤ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ। ਹਾਲਾਂਕਿ ਇਸ ਤੋਂ ਬਾਅਦ ਜਦੋਂ ਇੱਕ ਸਿੱਖ ਜਥੇਬੰਦੀਆਂ ਵੱਲੋਂ ਉਸਨੂੰ ਇੱਥੇ ਦੇਖਿਆ ਗਿਆ ਅਤੇ ਕੁਝ ਸਮਾਨ ਖਰੀਦਿਆ ਗਿਆ ਅਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਕੁਝ ਪੈਸੇ ਦੇਣ ਦੀ ਔਫਰ ਕੀਤੀ ਗਈ ਲੇਕਿਨ ਬੱਚੇ ਵੱਲੋਂ ਪੈਸੇ ਠੁਕਰਾ ਦਿੱਤੇ ਗਏ ਅਤੇ ਕਿਹਾ ਗਿਆ ਕਿ ਉਹ ਆਪਣੀ ਕਿਰਤ ਕਮਾਈ ਜਿਹੜੀ ਹੈ ਉਹ ਕਰਨੀ ਚਾਹੁੰਦਾ ਹੈ। ਅਸੀਂ ਗੱਲਬਾਤ ਕਰ ਲੈਂਦੇ ਹਾਂ। ਬੇਟਾ ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਸਿੰਘ। ਮਨਪ੍ਰੀਤ ਬੇਟਾ, ਜਦੋਂ ਤੁਹਾਡੀ ਇੱਕ ਵੀਡੀਓ ਸਾਹਮਣੇ ਆਈ ਸੀਗੀ ਉਹ ਕੀ ਸਾਰੀ ਵੀਡੀਓ ਸੀਗੀ ਔਰ ਕਿੰਨੇ ਪੈਸੇ ਤੁਹਾਨੂੰ ਔਫਰ ਕੀਤੇ ਗਏ ਸੀਗੇ? ਉਹਨਾਂ ਨੇ ਮੈਨੂੰ ਪੈਸੇ ਔਫਰ ਕੀਤੇ ਸੀ 500 ਰੁਪਇਆ, ਪਰ ਉਹ ਉਹਨਾਂ ਨੇ 10 ਰੁਪਏ ਦੇ ਛੋਲੇ ਲਏ। ਪਰ ਮੈਂ ਕਿਹਾ ਭਾਅ ਜੀ ਪੈਸੇ ਨਹੀਂ ਚਾਹੀਦੇ, ਤੁਸੀਂ ਰੱਖੋ। ਇਹ ਕਹਿੰਦੇ ਕਿ ਪੁੱਤਰ ਨਹੀਂ, ਰੱਖ ਲੈ ਰੱਖ ਲੈ, ਪਰ ਉਹਨਾਂ ਨੇ ਜ਼ਬਰਦਸਤੀ ਕੀਤੀ। ਫਿਰ ਮੈਂ ਉਹਨਾਂ ਦਾ ਮਾਨ ਰੱਖਿਆ, ਫਿਰ ਮੈਂ ਰੱਖ ਲਏ। ਫਿਰ ਉੱਥੋਂ ਅਗਲੇ ਦਿਨ ਘਰ ਆਏ, ਉਹਨਾਂ ਨੇ ਘਰ ਦੇ ਹਾਲਾਤ ਦੇਖੇ। ਇੱਕ ਛੱਤ ਡਿੱਗ ਚੁੱਕੀ ਸੀ, ਇੱਕ ਡਿੱਗਣ ਵਾਲੀ ਸੀ, ਅਤੇ ਫਿਰ ਉਹਨਾਂ ਨੇ ਉਹਨਾਂ ਕਹਿੰਦੇ ਕਿ ਉਹਨਾਂ ਦੀ ਸਾਡੀ ਛੱਤ ਪਵਾ ਕੇ ਦੇਣਗੇ। ਅਤੇ ਸਾਡਾ ਹੁਣ ਇਸ ਵਕਤ ਸਾਡਾ ਘਰ ਬਣਦਾ ਪਿਆ ਵਾ। ਮੈਂ ਹਰ ਇੱਕ ਨੂੰ ਇਹ ਕਹਾਂਗਾ, ਮਿਹਨਤ ਕਰਕੇ ਖਾਓ, ਕਿਸੇ ਅੱਗੇ ਹੱਥ ਨਾ ਫਲਾਓ। ਹੁਣ ਮਿਹਨਤ ਕਰਨ ਦੀ ਗੱਲ ਤਾਂ ਠੀਕ ਹੈ, ਲੇਕਿਨ ਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਲੱਖ ਰੁਪਏ ਤੁਹਾਨੂੰ ਦਿੱਤੇ ਗਏ ਆ ਕਿ ਤੁਹਾਡੀ ਪੜ੍ਹਾਈ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਵਾਸਤੇ, ਕਿਆ ਸਮਝਦੇ ਹੋ ਕਿ ਜਿਹੜੀ ਤੁਹਾਡੀ ਮਿਹਨਤ ਹੈਗੀ ਆ ਉਹ ਸਾਹਮਣੇ ਆ ਰਹੀ ਹੈ ਇਸ ਨੂੰ ਲੈ ਕੇ? ਹਾਂਜੀ, ਮਿਹਨਤ ਤਾਂ ਸਾਹਮਣੇ ਆ ਰਹੀ ਹੈ, ਪਰ ਉਹਨਾਂ ਦਾ ਮੈਂ ਧੰਨਵਾਦ ਕਹਾਂਗਾ ਕਿ ਉਹ 5 ਲੱਖ ਰੁਪਇਆ ਭੇਜ ਰਹੇ ਨੇ, ਪਰ ਹਲੇ ਤੱਕ ਤਾਂ ਪਹੁੰਚਿਆ ਨਹੀਂ। ਮੇਰੇ ਪਾਪਾ ਕਹਿੰਦੇ ਕਿ ਕੋਈ ਨਹੀਂ ਪੁੱਤਰ, ਉਹਨਾਂ ਦੇ ਬੰਦੇ ਆਉਂਦੇ ਪਏ ਨੇ, ਥੋੜ੍ਹੀ ਦੇਰ ਤੱਕ ਆ ਜਾਣਗੇ ਅਤੇ ਕੋਈ ਨਹੀਂ ਆ ਜਾਏਗਾ। ਕਿਆ ਲੱਗਦਾ ਹੈ ਕਿ ਹੁਣ ਪੜ੍ਹਾਈ ਆਸਾਨ ਹੋ ਜਾਏਗੀ? ਪੈਸੇ ਨਹੀਂ ਸੀਗੇ ਪਹਿਲਾਂ ਤੇ, ਪੈਸੇ ਤੋਂ ਬਾਅਦ ਹੁਣ ਪੜ੍ਹਾਈ ਆਸਾਨ ਹੋ ਜਾਏਗੀ? ਹਾਂਜੀ, ਹੋ ਜਾਏਗੀ ਆਸਾਨ। ਤੇ ਕਿਹੜੇ ਸਕੂਲੇ ਪੜ੍ਹਦੇ ਸੀਗੇ ਤੁਸੀਂ? ਸਾਡੇ ਸਕੂਲ ਦਾ ਨਾਮ SS ਵਿਮੈਨਸ ਪਬਲਿਕ। ਕਿਹੜੀ ਕਲਾਸ 'ਚ ਪੜ੍ਹਦੇ? 7th। ਕਿਆ ਕਦੀ ਸੋਚਿਆ ਸੀਗਾ ਜ਼ਿੰਦਗੀ ਦੇ ਵਿੱਚ ਕਿ ਮੈਂ ਕਦੀ ਮੇਰੀ ਵੀਡੀਓ ਵਾਇਰਲ ਹੋਏਗੀ, ਉਸ ਤੋਂ ਬਾਅਦ ਮੇਰੇ ਘਰ ਬਣੇਗਾ ਜਾਂ ਮੈਨੂੰ ਪੈਸੇ ਮਿਲਣਗੇ ਪੜ੍ਹਾਈ ਵਾਸਤੇ? ਵੀ ਕਦੀ ਸੋਚਿਆ ਸੀਗਾ ਜ਼ਿੰਦਗੀ? ਨਹੀਂ ਭਾਜੀ, ਨਹੀਂ ਸੋਚਿਆ ਕਦੀ, ਕੋਈ ਸੁਪਨੇ 'ਚ ਨਹੀਂ ਸੋਚਿਆ। ਹੁਣ ਘਰ ਵੀ ਬਣਨਾ ਸ਼ੁਰੂ ਹੋ ਗਿਆ ਆ, ਪੈਸੇ ਵੀ ਆ ਗਿਆ, ਹੁਣ ਫਿਊਚਰ 'ਚ ਕੀ ਬਣਨਾ ਚਾਹੁੰਦੇ ਹੋ? ਤੁਹਾਡੇ ਦਿਮਾਗ 'ਚ ਹੈ ਕਿ ਮੈਂ ਕੁਛ ਕਿਹੜਾ ਆਫਿਸਰ ਬਣਨਾ ਚਾਹੁੰਦਾ ਜਾਂ ਕੁਛ ਸੋਚਿਆ ਜ਼ਿੰਦਗੀ 'ਚ? ਹਾਂਜੀ, ਮੈਂ ਪੁਲਿਸ ਬਣਨਾ ਚਾਹੁੰਦਾ। ਕਿਹੜੇ ਰੈਂਕ 'ਚ ਜਾਣਾ ਚਾਹੁੰਦਾ? ਮੈਂ SHO ਬਣਨਾ ਚਾਹੁੰਦਾ। SHO ਬਣਨਾ ਚਾਹੁੰਦੇ ਹੋ? ਅਤੇ ਲਗਾਤਾਰ ਹੀ ਹੁਣ ਤੁਸੀਂ ਜਦੋਂ ਘਰ ਆਉਂਦੇ ਹੋ ਸਕੂਲੋਂ ਪੜ੍ਹ ਕੇ ਤਾਂ ਫਿਰ ਸਮਾਨ ਵਿੱਚ ਨਹੀਂ ਜਾਂਦੇ ਹੋ ਦੁਬਾਰਾ? ਹਾਂਜੀ, ਹੁਣ ਤਾਂ ਸਕੂਲ ਬੰਦ ਹੈਗੇ, ਹੁਣ 2 ਟਾਈਮ ਚਾਹੀਦਾ। ਕਦੋਂ ਜਾਂਦੇ ਹੋ ਤੁਸੀਂ? ਇਹ ਇੱਕ ਤਾਂ ਸਵੇਰੇ ਜਾਈਦਾ, ਫਿਰ ਸ਼ਾਮੀ ਜਾਈਦਾ। ਅੱਛਾ, ਅਤੇ ਹੁਣ ਜਦੋਂ ਘਰ ਆਉਂਦੇ ਸੀਗੇ ਅਤੇ ਕਿੰਨੇ ਕੁ ਪੈਸੇ ਵੱਟੇ ਜਾਂਦੇ ਸੀਗੇ ਸਾਰੇ ਸਮਾਨ ਦੇ ਜਦੋਂ ਤੁਸੀਂ ਵੇਚ ਕੇ ਆਉਂਦੇ? ਇਹ ਵੱਟੇ ਤਾਂ ਜਾਂਦੇ ਸੀ, 400-500 ਰੁਪਇਆ ਵੱਟਿਆ ਜਾਂਦਾ ਸੀ, ਕਈ ਵਾਰੀ 500 ਵੱਟਿਆ ਜਾਂਦਾ ਸੀ ਅਤੇ ਉਹਦੇ ਵਿੱਚ ਉਹ 150 ਰੁਪਏ ਵੱਜਦੇ ਸੀ ਅਤੇ ਉਹੀ ਘਰ ਦੇ ਚੱਲ ਜਾਂਦੇ ਸੀ। ਉਹ ਮੈਂ ਹਰ ਇੱਕ ਨੂੰ ਇਹ ਕਹਾਂਗਾ ਕਿ ਆਪਣੀ ਮਿਹਨਤ ਦਾ ਖਾਓ, ਕਿਸੇ ਅੱਗੇ ਹੱਥ ਨਾ ਫਿਲਾਓ। ਕਿਆ ਲੱਗਦਾ ਕਿ ਕਈ ਲੋਕ ਜਿਹੜੇ ਆ ਜਿਹੜੀ ਚੋਰੀਆਂ ਚਕਾਰੀਆਂ ਕਰਦੇ ਆ ਜਾਂ ਲੋਕਾਂ ਨਾਲ ਲੁੱਟ ਖਲੁੱਟ ਕਰਦੇ, ਉਹਨਾਂ ਨੂੰ ਤੁਹਾਡੇ ਤੋਂ ਸਿੱਖ ਲੈਣੀ ਚਾਹੀਦੀ? ਹਾਂਜੀ, ਉਹਨਾਂ ਨੂੰ ਤਾਂ ਮੈਂ ਇਹੀ ਕਹਾਂਗਾ, ਜਿਹੜੇ ਚੋਰੀਆਂ ਵਗੈਰਾ ਕਰਦੇ ਨੇ ਉਹ ਆਪਣੀ ਮਿਹਨਤ ਦਾ ਖਾਣ, ਕਿਸੇ ਕੋਲ ਜੈਲਸ ਕਰਦੇ ਆ ਅਤੇ ਆਪਣਾ ਸੋਨਾ ਚਾਂਦੀ ਬਣਾਉਂਦੇ। ਅਤੇ ਜਦੋਂ ਤੁਸੀਂ ਹੁਣ ਜਾਂਦੇ ਹੋ ਬਾਹਰ ਮਾਰਕੀਟ 'ਚ, ਤੁਹਾਨੂੰ ਵੱਖਰੀ ਪਛਾਣ ਨਾਲ ਪਛਾਣਿਆ ਜਾਂਦਾ ਕਿ ਇਹ ਉਹੀ ਬੱਚਾ ਹੈ ਜਿਹਦੀ ਵੀਡੀਓ ਵਾਇਰਲ ਹੋਈ ਸੀਗੀ ਅਤੇ ਉਸ ਤੋਂ ਬਾਅਦ ਸੀਗੇ ਅਤੇ ਕਦੀ ਕਿਹਾ ਤੁਹਾਨੂੰ ਕਿ ਤੁਹਾਡੀ ਵੀਡੀਓ ਵਾਇਰਲ ਹੋਈ ਸੀ? ਕਦੀ ਗੱਲ ਹੋਈ ਤੁਹਾਡੀ? ਹਾਂਜੀ, ਕਈਆਂ ਨੇ ਕਿਹਾ ਵਾ ਪੁੱਤਰ ਤੇਰੀ ਵੀਡੀਓ ਵਾਇਰਲ ਹੋਈ, ਮੈਂ ਦੇਖੀ ਅਤੇ ਬਹੁਤ ਵਧੀਆ ਗੱਲ ਕੀਤੀ ਤੂੰ। ਉਸ ਬੇਟੇ ਦੀ ਸਿਸਟਰ ਵੀ ਮੌਜੂਦ ਹੈ, ਬੇਟਾ ਕੀ ਨਾਮ ਹੈ? ਜਸਪ੍ਰੀਤ ਕੌਰ। ਜਸਪ੍ਰੀਤ, ਕਦੀ ਜ਼ਿੰਦਗੀ 'ਚ ਸੋਚਿਆ ਸੀਗਾ ਕਿ ਆਪਣਾ ਮਕਾਨ ਵੀ ਹੁਣ ਇਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਏਗਾ? ਕਦੀ ਡ੍ਰੀਮ ਸੀਗਾ? ਨਹੀਂ। ਕੀ ਸੋਚਦੇ ਹੁੰਦੇ ਸੀਗੇ ਜਦੋਂ ਘਰ ਬੈਠੇ ਹੁੰਦੇ ਸੀਗੇ? ਇਹ ਕਿ ਪਤਾ ਨਹੀਂ ਕਦੋਂ ਰੱਬ ਕਿਰਪਾ ਕਰੂਗਾ, ਰੱਬ ਨੇ ਕਿਰਪਾ ਕਰਤੀ ਤਾਂ। ਹਾਂਜੀ। ਹੁਣ ਇੱਕ ਤੁਹਾਡੇ ਬ੍ਰਦਰ ਨੂੰ ਸਕਾਲਰਸ਼ਿਪ ਮਿਲੀ ਆ 5 ਲੱਖ ਰੁਪਏ ਦੀ, ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਆ, ਕਿਆ ਲੱਗਦਾ ਕਿ ਤੁਸੀਂ ਤੁਹਾਨੂੰ ਵੀ ਦੇਣੇ ਚਾਹੀਦੇ ਸੀਗੇ ਕਿਉਂਕਿ ਤੁਸੀਂ ਵੀ ਪੜ੍ਹਨਾ ਚਾਹੁੰਦੇ ਹੋ, ਤੁਸੀਂ ਵੀ ਆਫਿਸਰ ਬਣਨਾ ਚਾਹੁੰਦੇ ਹੋ, ਕੀ ਤੁਹਾਨੂੰ ਲੱਗਦਾ ਤੁਹਾਨੂੰ ਵੀ ਮਿਲਣੇ ਚਾਹੀਦੇ ਸੀਗੇ? ਨਹੀਂ, ਅਸੀਂ ਇੱਕ ਚ ਐਡਜਸਟ ਕਰ ਲਾਂਗੇ। ਐਡਜਸਟ ਕਰ ਲਓ? ਅਤੇ ਹਜੇ ਤੱਕ ਪਤਾ ਲੱਗਾ ਕਿ ਉਹ ਪੇਮੈਂਟ ਜਾਂ ਕਦੋਂ ਤੱਕ ਤੁਹਾਡੇ ਕੋਲ ਪਹੁੰਚੇਗੀ ਜਾਂ ਤੁਹਾਨੂੰ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਹਜੇ ਤੱਕ ਤੇ ਆਏ ਨਹੀਂ ਕੋਈ। ਤੇ ਹੁਣ ਘਰ ਬਣਨਾ ਸ਼ੁਰੂ ਹੋ ਗਿਆ? ਹਾਂਜੀ। ਕਿਹੜੀ ਸੰਸਥਾ ਘਰ ਬਣਾ? ਕੀਰਤਨ ਪ੍ਰਮੋਸ਼ਨ ਟੀਮ। ਕੀਰਤਨ ਪ੍ਰਮੋਸ਼ਨ? ਹਾਂ, ਸਰਬਜੀਤ ਸਿੰਘ ਨੋਟ ਕੋਲ।
ਤੇ ਹੁਣ ਅੱਗੋ ਫਿਊਚਰ ਪਲੈਨਿੰਗ ਕੀ ਹੈ ਤੁਹਾਡੀ ਜੇ ਅਗਰ ਫਿਊਚਰ ਚ ਕੀ ਸੋਚਦੇ ਹੋ ਫਿਊਚਰ ਤੇ ਡਾਕਟਰ ਦੀ ਸਟੱਡੀ ਕਰਨੀ ਹੈ ਡਾਕਟਰ ਦੀ ਸਟੱਡੀ ਹਾਂ ਤੇ ਡਾਕਟਰ ਬਣ ਕੇ ਲੋਕਾਂ ਦੀ ਮਦਦ ਕਰਨੀ ਹੈ ਕਿ ਜਿਹੜੇ ਆਮ ਡਾਕਟਰਾਂ ਦੇ ਐਲੀਗੇਸ਼ਨ ਲੱਗ ਗਏ ਹੈਲਪ ਕਰਨੀ ਹੈ ਹੈਲਪ ਕਰਨੀ ਹਾਂ ਹਾਂ ਤੇ ਬ੍ਰਦਰ ਦਾ ਕਦੀ ਸੋਚਿਆ ਸੀਗਾ ਕਿ ਬ੍ਰਦਰ ਨੇ ਇੰਨਾ ਉੱਪਰ ਤੱਕ ਲੈ ਗਿਆ ਜਾਂ ਇੱਕ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਸੋਸ਼ਲ ਮੀਡੀਆ ਨੇ ਇੱਕਦਮ ਪਲੇਟਫਾਰਮ ਦੇ ਦਿੱਤਾ ਨਹੀਂ ਕਦੀ ਨਹੀਂ ਸੋ ਇਹ ਸਨ ਉਹ ਸਾਬਤ ਸੂਰਤ ਬੱਚਾ ਜਿਹਦੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਵੇਚੀਆਂ ਜਾ ਰਹੀਆਂ ਸੀ ਤੁਸੀਂ ਇੱਕ ਵਾਰੀ ਸਾਈਕਲ 'ਤੇ ਦੇਖ ਸਕਦੇ ਹੋ ਕਿ ਹਜੇ ਵੀ ਇਹ ਬੱਚਾ ਸਵੇਰੇ ਸ਼ਾਮੀ ਦੋ ਟਾਈਮ 'ਤੇ ਸਮਾਨ ਵੇਚਣ ਜਾਂਦਾ ਹੈ ਚਾਹੇ ਉਹ ਗੋਲ ਗੱਪੇ ਹੋਣ ਚਾਹੇ ਉਹ ਪਾਪੜ ਵੜੀਆਂ ਹੋਣ ਅਤੇ ਚਾਹੇ ਉਹ ਕੋਈ ਵੀ ਚੀਜ਼ਾਂ ਹੋਣ ਉਹਨਾਂ ਨੂੰ ਵੇਚਣ ਜਾਂਦਾ ਹੈ ਲੇਕਿਨ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਔਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵੀ ਕੋਈ ਵੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਦਾ ਕੋਈ ਨਾ ਕੋਈ ਇੰਪੈਕਟ ਜ਼ਰੂਰ ਦਿਖਦਾ ਹੈ ਲੇਕਿਨ ਇਸ ਬੱਚੇ ਦੇ ਮਾਂ ਬਾਪ ਨੇ ਕਦੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਿ ਉਹਨਾਂ ਦੇ ਬੱਚੇ ਨੂੰ 5 ਲੱਖ ਰੁਪਇਆ ਸਕੋਲਰਸ਼ਿਪ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾਏਗੇ ਲੇਕਿਨ ਹਜੇ ਵੀ ਇਹਨਾਂ ਨੂੰ ਆਸ ਹੈ ਕਿ ਉਹ ਕਦੋਂ ਪੈਸੇ ਆਉਣਗੇ ਅਤੇ ਕਦੋਂ ਉਹ ਆਪਣੀ ਪੜ੍ਹਾਈ ਜਿਹੜੀ ਹੈ ਪੂਰੀ ਕਰ ਸਕਣਗੇ ਹਾਲਾਂਕਿ ਬੱਚੇ ਦਾ ਕਹਿਣਾ ਹੈ ਕਿ ਉਹ ਪੁਲਿਸ ਆਫਿਸਰ ਬਣਨਾ ਚਾਹੁੰਦਾ ਆ ਔਰ ਅਤੇ ਦੇਸ਼ ਦੀ ਜਿਹੜੀ ਆ ਸੇਵਾ ਕਰਨਾ ਚਾਹੁੰਦਾ ਹੈ ਲੇਕਿਨ ਘਰ ਦੇ ਹਾਲਾਤ ਜਿਹੜੇ ਸੀਗੇ ਕਾਫੀ ਬਦਤਰ ਸੀ ਲੇਕਿਨ ਹੁਣ ਹਾਲਾਤ ਜਿਹੜੇ ਨੇ ਸੁਧਰਦੇ ਹੋਏ ਨਜ਼ਰ ਆ ਰਹੇ ਨੇ ਔਰ ਬੱਚੇ ਦਾ ਜਜ਼ਬਾ ਜਿਹੜਾ ਆ ਉਹ ਵੀ ਹਜੇ ਤੱਕ ਬੁਲੰਦੀਆਂ 'ਤੇ ਹੈ ਔਰ ਇਹਦਾ ਕਹਿਣਾ ਇਹੀ ਹੈ ਕਿ ਲੋਕਾਂ ਨੂੰ ਕਿਰਤ ਕਰਨੀ ਚਾਹੀਦੀ ਹੈ ਅਤੇ ਵਾਹਿਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ ਵਰਲਡ ਪੰਜਾਬੀ ਟੀਵੀ ਅੰਮ੍ਰਿਤਸਰ